ਹੈਲੋ ਸਸਰੀ ਘਰ ਮੇਰੇ ਸਾਰੇ ਦੋਸਤੋ ਅੱਜ ਦੀ ਤੁਹਾਨੂੰ ਮੈਂ ਇੱਕ ਨਵੀਂ ਖਬਰ ਦੱਸਣੀ ਸੀ ਕਿ ਪੰਜਾਬ ਪੁਲਿਸ ਵਿੱਚ 32 ਸਾਲ ਏਜ ਦੀ ਅਪਡੇਟ ਜਿਹੜੀ ਹੁਣ ਨਵੀਂ ਕੀ ਕਰਿਆ ਸੀ ਅੱਜ ਅੱਜ ਮੇਰੇ ਵੀਰ ਨੇਕ ਨੇ ਮੈਨੂੰ ਇੱਕ ਭੇਜੀ ਆ ਮੇਰੇ ਫਰੈਂਡ ਨੇ ਤੇ ਉਹਨਾਂ ਦੇ ਅੱਜ ਅਸੀਂ ਅੱਜ ਸਾਰਿਆਂ ਨੇ ਅਸੀਂ ਵੀ ਨਮਈ ਵੀ ਨਾਲ ਹੀ ਸੀ ਅੱਜ ਅਸੀਂ ਸਾਰਿਆਂ ਨੇ ਉੱਥੇ ਅੱਜ ਬਠਿੰਡੇ ਇੱਕ ਪ੍ਰੈਸ ਕਾਨਫਰੈਂਸ ਕਰਾਈ ਸੀ ਠੀਕ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਅਸੀਂ ਸਾਰੀ ਮਤਲਬ ਗੱਲ ਕੀਤੀ ਹੈ ਭਰਤੀ ਬਾਰੇ ਕੀ ਭਰਤੀ ਦੇ ਵਿੱਚ 32 ਸਾਲ ਉਮਰ ਕੀਤੀ ਜਾਣੀ ਚਾਹੀਦੀ ਤੇ ਸਾਨੂੰ ਕੀ ਕੀ ਛੋਟਾ ਦਿੱਤਾ ਚਾਹੀਦੀ ਹੈ ਤੇ ਸਾਨੂੰ ਕੀ ਕੀ ਪ੍ਰੋਬਲਮ ਆਈ ਹੈ ਕੀ ਕੀ ਕੈਪਟਨ ਸਰਕਾਰ ਨੇ ਵਾਦੇ ਕੀਤੇ ਸੀ ਤੇ ਕੀ ਕੀ ਵਾਦੇ ਉਹਨਾਂ ਨੇ ਪੂਰੇ ਕੀਤੇ ਹੈ ਤੇ ਕੀ ਕੀ ਵਾਦੇ ਪੂਰੇ ਨਹੀਂ ਕੀਤੇ ਠੀਕ ਹੈ ਉਸ ਬਾਰੇ ਸਾਰੀ ਅਸੀਂ ਪੰਜਾਬ ਪੁਲਿਸ ਵਿੱਚ 32 ਸਾਲ ਦੀ ਏਜ ਬਾਰੇ ਸਾਰੇ ਜਿੰਦੇ ਵੀ ਮੁੱਦੇ ਸੀ ਆਪਣੇ ਸਾਰੇ ਮੁੱਦੇ ਅਸੀਂ ਚੱਕੇ ਆ ਠੀਕ ਹੈ ਜੀ ਤੇ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈਗੀ ਤੇ ਇਹ ਤੜਕੇ ਤੱਕ ਆਪਣੇ ਚੈਨਲ ਆਰਐਮਵੀ ਟੈਲੀਵਿਜ਼ਨ ਚੈਨਲ ਐਕ ਨਿਊ ਚੈਨਲ ਦਾ ਉਹਦੇ ਜਲਦੀ ਹੀ ਅਪਡੇਟ ਹੋ ਜੂਗੀ ਬਹੁਤ ਹੀ ਵਧੀਆ ਚੈਨਲ ਹੈ ਤੇ ਬਹੁਤ ਹੀ ਵਧੀਆ ਉਹਨਾਂ ਦੇ ਪੱਤਰਕਾਰ ਹੈ ਜਿੰਨਾਂ ਨੇ ਸਾਡੀ ਬਹੁਤ ਵਧੀਆ ਸਪੋਰਟ ਕੀਤੀ ਹੈ ਫੁੱਲ ਠੀਕ ਹੈ ਆਪਣੇ ਮਠੰਡੇ ਜ਼ਿਲ੍ਹੇ ਦੇ ਜਿੰਨੇ ਵੀ ਮੇਰੇ ਦੋਸਤ ਸੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਭਾਤੀ ਹੁੰਦੇ ਚਾਹਵਾਨ ਹੈ ਮੁੰਡੇ ਠੀਕ ਹੈ ਸਾਰਿਆਂ ਨੇ ਵਧੀਆ ਸਾਥ ਦਿੱਤਾ ਆ ਦੇਖੋ ਜੀ ਆ ਸਾਡੀ ਅੱਜ ਦੀ ਪਿਕ ਠੀਕ ਹੈ ਤੇ ਇਹ ਸਾਰੇ ਨੌਜਵਾਨ ਜਿਹੜੇ ਖੜੇ ਆ ਇਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਤੇ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਸਪਾਈਆਂ ਅਤੇ ਸਬ ਇੰਸਪੈਕਟਰ ਦੀ ਉਮਰ ਕਿ 32 ਸਾਲ ਕੀਤੀ ਜਾਵੇ ਉਹਦੇ ਵਾਸਤੇ ਅੱਜ ਇਹਨਾਂ ਨੇ ਆਪਣੇ ਇੱਕ ਦੂਜੇ ਦਾ ਸਾਥ ਦੇ ਕੇ ਮੁੰਡੇ ਨਾਲ ਮੁੰਡਾ ਜੋੜ ਕੇ ਸਾਰੇ ਮੁੰਡੇ ਇੱਕ ਦੂਸਰੇ ਨਾਲ ਖੜੇ ਆ ਤੇ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰੀਆਂ ਗੱਲਾਂ ਨੂੰ ਉੱਥੇ ਅਟੈਂਡ ਕੀਤਾ ਜਾ ਠੀਕ ਹੈ ਤੇ ਉਹ ਜਿਹੜੀ ਇੰਟਰਵਿਊ ਹੈਗੀ ਉਹ ਕੱਲ ਤੱਕ ਅਪਲੋਡ ਹੋ ਜੂਗੀ ਨਿਊਜ਼ ਆਪਣੇ YouTube ਚੈਨਲ ਤੇ ਆਰਐਮੀ ਟੈਲੀਵਿਜ਼ਨ ਤੇ ਤੇ ਉਹ ਤੁਸੀਂ ਸਾਰਿਆਂ ਨੂੰ ਮੈਂ ਲਿੰਕ ਇਰੇ ਵਿੱਚ ਆਪਣੀ ਵੀਡੀਓ ਜਿਹੜੀ ਨਵੀਂ ਪਾਉਂਗਾ ਉਹਦੇ ਵਿੱਚ ਦੇ ਦੂੰਗਾ ਲਿੰਕ ਤੇ ਉੱਥੇ ਸਾਰੇ ਨੇ ਦੇਖ ਜ਼ਰੂਰ ਦੇਖਣੀ ਹੈ ਤੇ ਜਿਹੜੇ ਮੇਰੇ ਵੀਰ ਬਾਈ ਨੂੰ ਵੀ ਹੋਰ ਵੀ ਕੋਈ ਹੈਗਾਗਾ ਜਿਹੜਾ ਏਜ ਬਣਾਉਣ ਦੀ ਚਾਹਵਾਨ ਹੈਗਾ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਛੱਡ ਦੇ ਠੀਕ ਹੈ ਨਾ ਤੇ ਅਸੀਂ ਉਹਨੂੰ ਆਪਣੇ ਗਰੁੱਪ ਚ ਐਡ ਕਰ ਲਾਂਗੇ ਅਸੀਂ ਸਿਰਫ ਉਹਨੂੰ ਇਹ ਦੱਸਣਾ ਕਿ ਤੁਸੀਂ ਬਈ ਕੀ ਕਰਨਾ ਸੀ ਸਿਰਫ ਇਹ ਸਮਝਾਉਣ ਦਾ ਕੰਮ ਆ ਸਾਡਾ ਬਾਕੀ ਤੁਸੀਂ ਆਪ ਸੰਭਾਲਿਓ ਆਪਣੇ ਕੋਲੇ ਆਖਰੀ ਮੌਕਾ ਹੈਗਾ ਠੀਕ ਹੈ ਜੇ ਆਖਰੀ ਮੌਕੇ ਦੇ ਵਿੱਚ ਕੁਝ ਬਣ ਗਿਆ ਬਣ ਗਿਆ ਨਹੀਂ ਆਪਣੇ ਇਸ ਤੋਂ ਬਾਅਦ ਕੁਝ ਨਹੀਂ ਬਣ ਸਕਦਾ ਠੀਕ ਹੈ ਜੀ ਮੇਰਾ ਇਹ ਚੈਨਲ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨੌਲੇਜ ਦੇਣੀ ਹੈ ਠੀਕ ਹੈ ਕਿ ਕੀ ਬਣ ਰਿਹਾ ਹੈ ਤੇ ਅੱਜ ਅਸੀਂ ਬਹੁਤ ਹੀ ਵਧੀਆ ਸਾਰੇ ਮੁੰਡਿਆਂ ਨਾਲ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਹੁਣ ਅਸੀਂ ਅੱਗੇ ਵੀ ਪਰਸੋ ਸਾਡੀ ਹੋਰ ਰਣਨੀਤੀ ਹੈ ਉਹ ਰਣਨੀਤੀ ਵਰਤਾਂਗੇ ਪਰਸੋ ਅਸੀਂ ਪਰ ਅਸੀਂ ਪੰਜਾਬ ਪੁਲਿਸ ਦੇ ਵਿੱਚ 32 ਸਾਲ ਏਜ ਕਰਵਾ ਕੇ ਹੀ ਰ੍ਹਾਂਗੇ ਇਹ ਸੋਡੇ ਦਾ ਵਾਦਾ ਠੀਕ ਹੈ ਤੇ ਪੁਲਿਸ ਯਾਰ ਸਾਰੇ ਦੋਸਤ ਆਪਣੇ ਸਾਥ ਜਰੂਰ ਦਿਓ ਆਪਣਾ ਧੰਨਵਾਦ ਬਾਈ